ਚਨ ਕਰਨਗੇ ਭਾਈ ਸੁਖਜੀਤ ਸਿੰਘ ਕਥਾਵਾਚਕ ਬੁੱਢਾ ਦਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਖਾਲਸਾ ਭਇਓ ਪੁਨੀਤਾ ਪ੍ਰਭ ਆਗਿਆ ਕਰ ਉਦਤ ਭਏ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀਆਂ ਆਪ ਸਭ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ ਆਓ ਜੀ ਕਲਗੀਧਰ ਪਾਤਸ਼ਾਹ ਦਾ ਵਚਨ ਹੈ ਵਾਹਿਗੁਰੂ ਜੀ ਕੋ ਪੰਥ ਖਾਲਸਾ ਸਜਾਇਓ ਨਾਥ ਵਾਹਿਗੁਰੂ ਜੀ ਕੀ ਫਤਿਹ ਗਾਜ ਕੇ ਬੁਲਾਈ ਹੈ ਕਿ ਇਹ ਨਾਥਾਂ ਦਾ ਨਾਥ ਸਰਮੋਰ ਪੰਥ ਕਲਗੀਧਰ ਪਾਤਸ਼ਾਹ ਨੇ ਸਾਜਿਆ ਜਦ ਗੁਰੂ ਕੇ ਦਰਬਾਰ ਚ ਹਾਜ਼ਰ ਹੋਵੇ ਤੇ ਗੱਜ ਕੇ ਫਤਿਹ ਬੁਲਾਏ ਦੋਨੋ ਹੱਥ ਜੋੜ ਕੇ ਤਿੰਨਾਂ ਦਰਬਾਰਾਂ ਦਾ ਧਿਆਨ ਧਰਦੇ ਹੋਏ ਦੋਨੋ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਜੀ ਆਪਾਂ ਸੁਬਾਹ ਤੋਂ ਦੀਵਾਨਾ ਸੁਣ ਰਹੇ ਹਾਂ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦਾ ਸਥਾਪਨਾ ਦਿਵਸ ਬੇਨਤੀ ਕਰਾਂ ਇਸ ਨੂੰ ਸ਼੍ਰੋਮਣੀ ਕਿਉਂ ਕਿਹਾ ਜਾਂਦਾ ਹੈ ਸਾਹਿਬਾਂ ਦਾ ਬਚਨ ਹੈ ਨਾਮ ਸ਼੍ਰੋਮਣ ਸਰਬ ਮੈਂ ਭਗਤ ਰਹੇ ਲਿਵ ਧਾਰ ਕਿ ਇਸ ਸੰਸਾਰ ਦੇ ਉੱਪਰ ਕਾਇਨਾਤ ਦੇ ਉੱਪਰ ਜੇਕਰ ਕੋਈ ਸ਼੍ਰੋਮਣੀ ਹੈ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸ੍ਰੀ ਗੁਰੂ ਸਰਬ ਲੋਕ ਗ੍ਰੰਥ ਸਾਹਿਬ ਚ ਦਰਜ ਕੀਤਾ ਧਰਮ ਪੰਥ ਖਾਲਸਾ ਪ੍ਰਚਰ ਭਇਓ ਸੇਵ ਸਤਿਅੰ ਪੁੰਨਿਆ ਰੂਪ ਜੇ ਕਿ ਇਹ ਖਾਲਸਾ ਪੰਥ ਮੈਂ ਪ੍ਰਚਾਰ ਦਿੱਤਾ ਤੇ ਕਹਿੰਦੇ ਇਸ ਨੂੰ ਸਰੂਪ ਬਖਸ਼ਿਆ ਉਸ ਅਕਾਲ ਪੁਰਖ ਵਾਹਿਗੁਰੂ ਦਾ ਤੇ ਇਸ ਕਰਕੇ ਇਹ ਸ਼੍ਰੋਮਣੀ ਹੈ ਖਾਲਸਾ ਜੀ ਅੱਜ ਵੀ ਬੁੱਢੇ ਦਲ ਚ 12 ਵਜੇ ਤੋਂ ਬਾਅਦ ਹੀ ਚੌਂਕੜੇ ਲੱਗਦੇ ਨੇ ਸ਼੍ਰੋਮਣੀ ਨਾਮ ਦੇ ਵਿੱਚ ਸੁਰਤ ਜੋੜਦਾ ਇਸੇ ਕਰਕੇ ਸ਼੍ਰੋਮਣੀ ਹੈ ਦੂਸਰੀ ਬੇਨਤੀ ਇਸ ਇਕੱਠ ਨੂੰ ਪੰਥ ਕਿਉਂ ਕਿਹਾ ਜਾਂਦਾ ਇਹ ਸ਼੍ਰੋਮਣੀ ਇਸ ਕਰਕੇ ਕਿਉਂਕਿ ਨਾਮ ਚ ਸੁਰਤ ਜੋੜਦਾ ਪੰਥ ਇਸ ਕਰਕੇ ਕਿਹਾ ਜਾਂਦਾ ਖਾਲਸਾ ਜੀ ਕਲਗੀਧਰ ਦਾ ਫਰਮਾਨ ਹੈ ਕਰੂੰ ਖਾਲਸਾ ਪੰਥ ਤੀਸਰ ਪ੍ਰਵੇਸ਼ਾ ਜਗੇ ਸਿੰਘ ਜੋਧੇ ਧਰੇ ਨੀਲ ਭੇਸਾ ਕਿ ਸੰਸਾਰ ਦੇ ਤਖਤੇ ਦੇ ਉੱਪਰ ਜੇਕਰ ਮੈਂ ਤੀਸਰਾ ਪੰਥ ਪ੍ਰਗਟ ਕਰਾਂਗਾ ਤੇ ਤੀਸਰਾ ਪੰਥ ਦੇ ਜਿਹੜੇ ਸਿੰਘ ਜੋਧੇ ਹੋਣਗੇ ਉਹ ਨੀਲਾ ਬਾਣਾ ਧਾਰਨ ਕਰਨਗੇ ਇਹ ਉਹੀ ਗੁਰੂ ਕਾ ਖਾਲਸਾ ਪੰਥ ਹੈ ਤੀਸਰੀ ਬੇਨਤੀ ਇਸ ਨੂੰ ਅਕਾਲੀ ਕਿਉਂ ਕਿਹਾ ਜਾਂਦਾ ਕਿਉਂਕਿ ਅੱਜ ਸਥਾਪਨਾ ਦਿਵਸ ਬੁੱਢਾ ਦਲ ਦਾ ਪਹਿਲਾਂ ਇਸ ਦੇ ਨਾਮ ਤੇ ਵਿਚਾਰ ਕਰ ਲਈਏ ਸਮਾਂ ਸੀਮਿਤ ਹੈ ਨਾਮ ਤੇ ਵਿਚਾਰ ਹੋ ਨਹੀਂ ਸਕਦੀ ਟੂਕ ਮਾਤਰ ਬੇਨਤੀ ਅਕਾਲੀ ਕਿਉਂ ਕਿਹਾ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ ਐਸੇ ਗੁਣ ਹਰ ਖਾਲਸੇ ਬਖਸ਼ੇ ਸਰਬ ਲੋਕ ਗ੍ਰੰਥ ਸਾਹਿਬ ਦਾ ਮੁੱਖ ਵਾਕ ਹੈ ਐਸੇ ਗੁਣ ਹਰ ਖਾਲਸੇ ਬਖਸ਼ੇ ਭਗਤ ਗਿਆਨੀ ਰਾਜ ਜੋਗੇਸ਼ਵਰ ਕਿ ਇਹ ਭਗਤ ਵੀ ਹੈ ਇਹ ਗਿਆਨੀ ਵੀ ਹੈ ਇਹ ਰਾਜਾ ਵੀ ਹੈ ਇਹ ਜੋਗੀ ਵੀ ਹੈ ਤੇ ਕਹਿੰਦੇ ਕਮਲ ਜਲ ਮਾਇਆ ਵਿੱਚ ਰਹੇ ਅਲੇਪ ਸਦਾ ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ ਕਿ ਇਹ ਸੰਸਾਰ ਦੇ ਵਿੱਚ ਵਿਚਰਦਾ ਹੋਇਆ ਵੀ ਮਾਇਆ ਦੇ ਪ੍ਰਭਾਵ ਤੋਂ ਪਰਾ ਰਹਿੰਦਾ ਇਸੇ ਕਰਕੇ ਇਸ ਨੂੰ ਅਕਾਲੀ ਕਿਹਾ ਜਾਂਦਾ ਕਿਉਂਕਿ ਅਕਾਲ ਅਕਾਲ ਗੁਰਬਰ ਅਕਾਲ ਜਪ ਕੇ ਇਸ ਦੀ ਸੁਰਤ ਖੁਦ ਅਕਾਲ ਤੋਂ ਰਹਿਤ ਹੋ ਚੁੱਕੀ ਹੈ ਕਾਲ ਤੋਂ ਰਹਿਤ ਹੋ ਚੁੱਕੀ ਹੈ ਇਹ ਖੁਦ ਅਕਾਲੀ ਬਣ ਚੁੱਕਿਆ ਹੈ ਚੌਥੀ ਬੇਨਤੀ ਬੁੱਢਾ ਦਲ ਕਿਉਂ ਕਿਹਾ ਜਾਂਦਾ ਖਾਲਸਾ ਜੀ ਬ੍ਰਹਮ ਗਿਆਨੀ ਬ੍ਰਹਮ ਬੇਤੇ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਬੇਨਤੀ ਕਰਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦੀ ਬਣਾਇਆ ਗਿਆ ਪਰੰਤੂ ਖਾਲਸਾ ਜੀ ਬੇਨਤੀ ਕਰਨ ਲੱਗਾ ਬਾਬਾ ਬੁੱਢਾ ਸਾਹਿਬ ਜੀ 30,000 ਫੌਜ ਦੇ ਨਾਲ ਅੰਮ੍ਰਿਤਸਰ ਸਾਹਿਬ ਤੋਂ ਗਏ ਪਰ ਬਹੁਤ ਮੰਦਭਾਗੀ ਗੱਲ ਹੈ ਜੋ ਕਿ ਸਿੱਖ ਇਤਿਹਾਸਕਾਰਾਂ ਨੇ ਬਹੁਤ ਘੱਟ ਇਸ ਗੱਲ ਦਾ ਜ਼ਿਕਰ ਕੀਤਾ ਪਰੰਤੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਮਕਾਲੀ ਇਤਿਹਾਸਕਾਰ ਮੁਸਲਮਾਨ ਇਤਿਹਾਸਕਾਰ ਮੋਹਸਨ ਫਾਨੀ ਦਵਸਤੀਨ ਗ੍ਰੰਥ ਦੇ ਵਿੱਚ ਲਿਖਦਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਗਏ ਤੇ ਸ਼ਬਦ ਚੌਂਕੀ ਦੇ ਰੂਪ ਚ ਨਹੀਂ ਖਾਲਸਾ ਜੀ ਜਿਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਸਤਰ ਚਲਾਉਣੇ ਸਿਖਾਏ ਹੋਣ ਉਹ ਖੁਦ ਸ਼ਬਦ ਚੌਂਕੀ ਚ ਨਹੀਂ ਵੀਰ ਰਸ ਚ ਗਏ ਤੇ ਖਾਲਸਾ ਜੀ ਇਹ ਦਵਸਤੀਨ ਦੇ ਵਿੱਚ ਦਰਜ ਕੀਤਾ ਜਦ ਬਾਬਾ ਬੁੱਢਾ ਸਾਹਿਬ ਪਹੁੰਚੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਵਰ ਦਿੱਤੇ ਬਾਬਾ ਜੀ ਤੁਹਾਡੇ ਨਾਮ ਤੇ ਦਲ ਪੰਥ ਚੱਲੇਗਾ ਨਿਸ਼ਾਨ ਝੁੱਲਣਗੇ ਨਗਾੜੇ ਦੀਆਂ ਚੋਟਾਂ ਪੈਣਗੀਆਂ ਤੁਹਾਡੇ ਦਲ ਚ ਪਲੇ ਪਲਾਏ ਭਜੰਗੀ ਅਰਦਾਸੇ ਹੋਣਗੇ ਸੋ ਖਾਲਸਾ ਜੀ ਇਤਨੀ ਬੇਨਤੀ ਪ੍ਰਵਾਨ ਕਰਨੀ ਕਿ ਇਸ ਨੂੰ ਸ਼੍ਰੋਮਣੀ ਕਿਉਂ ਕਿਹਾ ਜਾਂਦਾ ਕਿਉਂਕਿ ਸ਼੍ਰੋਮਣੀ ਅਕਾਲ ਪੁਰਖ ਦੇ ਨਾਮ ਚ ਸੁਰਤ ਜੋੜਦਾ ਪੰਥ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਕਲਗੀਧਰ ਨੇ ਆਪਣੇ ਹੱਥਾਂ ਨਾਲ ਜੇਕਰ ਕਿਸੇ ਨੂੰ ਪੰਥਕ ਰੂਪ ਦੇ ਵਿੱਚ ਜਥੇਬੰਦ ਕਰਕੇ ਤੋਰਿਆ ਤੇ ਕੇਵਲ ਬਾਬਾ ਵਿਨੋਦ ਸਿੰਘ ਜੀ ਨੂੰ ਪਹਿਲਾਂ ਜਥੇਦਾਰ ਬਣਾਇਆ ਜੋ ਗੁਰੂ ਅੰਗਦ ਸਾਹਿਬ ਜੀ ਦੀ 7ਵੀਂ ਪੀੜ੍ਹੀ ਸਨ ਤੇ ਅਕਾਲੀ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਬੁੱਢਾ ਦਲ ਇਸ ਕਰਕੇ ਕਿਹਾ ਜਾਂਦਾ
क्योंकि खालसा जी ब्रह्म ज्ञानी बाबा बुढ़ा साहब के नाम से चल रहा है। जांदी जांदी बेनती कर दवा खालसा जी, महान कोश दे विच भाई कान सिंह नाभा जी ने पांच तख्तों का जिक्र किया, उस विच भी उन्होंने गुरु खालसा दीवान बुढ़ा दल का जिक्र किया, इसे करके इसनू पंजवां तख्त भी कहा जाता है। पंचम तख्त भयो जगमै बुढ़ा दल तह नाम पछाणो। सो इतनी बेनती प्रवान करनी सिंह साहब जथेदार बाबा बलबीर सिंह जी 96 करोड़ी जिन्हों वालों ये उपराले किए जाते, क्योंकि हर गल करदा खालसा राज दी, पर खालसा जी अज बाणे दा धारनी सिंह जेकर वधिया स्टडी लैके एजुकेशन लैके वधिया कुर्सी ते जाएगा वो खालसे पंथ दी गल करेगा। सो ये सिंह साहब जथेदार बाबा बलबीर सिंह जी 96 करोड़ी मौजूदा जथेदार श्रोमणी पंथ अकाली बुढ़ा दल पंजवां तख्त तिना दे उपरालिया दे वे सहयोग देंदे होए बाबा बुढ़ा साहब दे दल पर नूं समर्पित होके गुरु कलगीधर पातशाह दे सिद्धांत नूं प्रचारीए, घर घर अंदर धर्मशाल ते पहरा देइए। बोलदिआं ने कई भुल्लां होईआं हन, आप सब ने बख्श देना। इत्थे ही गज के फतेह बुलाओ, वाहिगुरू जी का खालसा वाहिगुरू जी की फतेह। खालसा जीओ।